ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਲਹਿਰਾ, ਇਹਨੂੰ ਤਹਿਸੀਲ ਡੇਹਲੋਂ ਪੈਂਦੀ ਹੈ ਅਤੇ ਜ਼ਿਲ੍ਹਾ ਲੁਧਿਆਣਾ। ਵੈਸੇ ਇਹ ਦੱਸੋ ਨੇੜੇ ਮੰਡੀ ਅਹਿਮਦਗੜ੍ਹ ਦੇ ਰਹਿ ਜਾਂਦਾ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਅਤੇ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ। ਬਾਈ ਦਾ ਨਾਮ ਛਿੰਦਾ। ਦੱਸੋ ਜਿਹੜੇ ਵੀਰ ਵਪਾਰ ਕਰਦੇ ਉਹ ਜਾਣਦੇ ਆ ਡੇਹਲੋਂ ਵਾਲੇ ਜਾਂ ਲਹਿਰੇ ਵਾਲੇ ਛਿੰਦੇ ਬਾਈ ਨੂੰ, ਕਿਉਂਕਿ ਪੁਰਾਣਾ ਵਪਾਰ ਅਤੇ ਵੱਡੀਆਂ ਮੱਝਾਂ ਦਾ ਇਹਨਾਂ ਨੇ ਵਪਾਰ ਕੀਤਾ। ਅੱਜ ਜਿਹੜੀ ਵੀਡੀਓ ਬਣ ਰਹੀ ਹੈ, ਇਹਦੇ 'ਚ ਬਹੁਤ ਸਾਰੇ ਪਸ਼ੂ ਵਿਕਾਊ ਆ। ਇਹਦੇ ਵਿੱਚ ਹੀ ਤੁਹਾਨੂੰ ਇਹ ਜਰਸੀ ਵੈੜ ਵੀ ਦਿਖਾਉਣੀ ਹੈ। ਇੱਕ ਇਹਦੇ ਨਾਲ ਐੱਚ ਐੱਫ ਖੜੀ ਹੈ, ਕਰੋਸ ਐੱਚ ਐੱਫ, ਉਦੋਂ ਅੱਗੇ ਇੱਕ ਤੋਕੜ ਗੱਬਣ ਝੋਟੀ, ਤੋਕੜ ਗੱਬਣ ਮੱਝ ਹੈ, ਦੁੱਧ ਇਹਨੇ ਚੰਗਾ ਬਾਈ ਜੋਰੀ ਦੱਸ ਦੇ ਦਿੱਤਾ, ਅਤੇ ਇੱਕ ਐੱਚ ਐੱਫ ਨਸਲ ਦੀ ਗਾਂ ਤੋਕੜ ਹੈ, ਇਹਦੇ ਨਾਲ ਵੱਛੀ ਵੀ ਹੈਗੀ ਹੈ। ਸੋ ਇਹਨਾਂ ਪਸ਼ੂਆਂ ਸੰਬੰਧੀ ਜੋ ਇਨਫੋਰਮੇਸ਼ਨ ਬਾਈ ਜੀ ਹੋਰਾਂ ਨੇ ਮੈਨੂੰ ਦੱਸੀ ਹੈ, ਉਹ ਮੈਂ ਤੁਹਾਨੂੰ ਅੱਗੇ ਦੱਸ ਦੇਣੀ ਹੈ, ਅਤੇ ਇੱਕ ਵੀਰ ਆਪਣੇ ਨਾਲ ਰਹੂਗਾ ਜਿਹੜਾ ਪਸ਼ੂ ਤੋਰ ਕੇ ਦਿਖਾ ਦੂਗਾ। ਸੋ ਜਾਣਕਾਰੀ ਮੈਂ ਬੋਲੂੰਗਾ, ਪਰ ਇੱਕ ਬੇਨਤੀ ਸ਼ੁਰੂ 'ਚ ਹੀ ਹੈ ਵੀ ਸਾਰੇ ਪਸ਼ੂ ਸੂਏ ਸਵਾਏ ਦਿਖਾਉਣੇ ਹੈ, ਦੁੱਧ ਤਿਆਰ ਤੁਹਾਨੂੰ ਇਹਨਾਂ ਥੱਲੇ ਦੱਸਣਾ, ਜਿੰਨਾ ਹੈਗਾ ਭਾਵੇਂ ਦੋ ਟਾਈਮ ਚੋਲਿਓ, ਤਿੰਨ ਟਾਈਮ ਚੋਲਿਓ, ਬਾਅਦ 'ਚ ਲਾਂਭਾ ਨਾ ਆਵੇ। ਤਾਂ ਬੇਨਤੀ ਇਹੀ ਹੈ ਵੀ ਇੱਥੋਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਲਿਓ, ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਉਹ ਚੰਗੀ ਹੈ। ਸੋ ਜਿਹੜੇ ਪਸ਼ੂ ਵਿਕਾਊ ਆ ਦੋਸਤੋ, ਵਿੱਚ ਤੋਕੜ ਗੱਬਣ ਮੱਝਾਂ ਵੀ ਤਿੰਨ ਕੁ ਹੈਗੀਆਂ, ਸੋ ਉਹ ਵੀ ਤੁਹਾਨੂੰ ਦਿਖਾਉਣੇ ਆ। ਜਿਹੜੀ ਲਾਸਟ ਉੱਤੇ ਗਾਂ ਦਿਖਾਈ ਸੀ, ਉਹਦੇ ਨਾਲ ਬੱਚਾ ਫੀਮੇਲ ਕਾਫ ਹੈ, ਵੱਛੀ ਉਹਦੇ ਨਾਲ ਦੇਣੀ ਹੈ। ਇੱਕ ਕੱਟੀ ਸਾਹਮਣੇ ਖੜੀ ਹੈ ਵੀ ਇਹਦੀ ਮਾਂ ਥੱਲੇ ਦੁੱਧ ਇਸ ਟਾਈਮ ਚੰਗਾ ਹਾਜ਼ਰ ਹੈ। ਇੱਕ ਚੀਜ਼ ਹੋਰ ਮੈਂ ਜਿਹੜੀ ਐਡ ਕਰਨੀ ਚਾਹੁੰਦਾ ਵੀ ਜਿਹਨੇ ਪਸ਼ੂ ਖਰੀਦਣਾ, ਜਿਹੜੀ ਗੱਲ ਕਰੀ ਦੀ ਹੈ ਵੀ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ, ਕਿਉਂਕਿ ਹਰੇਕ ਇਨਸਾਨ ਦੀ ਸਾਂਭ ਸੰਭਾਲ ਆਪੋ ਆਪਣੀ ਹੈ, ਕੋਈ ਕਿੰਨਾ ਪਸ਼ੂ ਨੂੰ ਸਾਂਭਦਾ ਅਤੇ ਕੋਈ ਕਿੰਨਾ ਸਾਂਭਦਾ। ਸੋ ਬਾਅਦ 'ਚ ਲਾਂਭਾ ਨਾ ਬਣੇ ਤਾਂ ਇਹਦੇ ਲਈ ਇੱਕ ਚੀਜ਼ ਹੋਰ ਦਿਖਾ ਦਿੰਦਾ ਵੀ ਫੁੱਲ ਕੇਅਰ ਜੇ ਕਰਦੇ ਹੋ ਤਾਂ ਹੀ ਦੁੱਧ ਚੋਇਆ ਜਾਂਦਾ। ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਇੱਥੇ, ਤੁਸੀਂ ਇਸ ਸਾਈਡ 'ਤੇ ਦੇਖੋ, ਰਿੰਨ ਕੇ ਪੂਰਾ ਦੇਗਾ ਜਿਹੜਾ ਉਹ ਇਹਨਾਂ ਪਸ਼ੂਆਂ ਨੂੰ ਫੀਡ ਜਾਂ ਦਾਣੇ ਦੇ ਰੂਪ 'ਚ ਬਾਈ ਜੋਰੀ ਪਾਉਂਦੇ ਆ, ਫਿਰ ਜਾ ਕੇ ਇਹ ਪਸ਼ੂ ਜਿਹੜੇ ਉਹ ਦੁੱਧ ਦਿੰਦੇ ਆ, ਜਿਹੜਾ ਦੁੱਧ ਤੁਹਾਨੂੰ ਦੱਸਾਂਗੇ। ਸੋ ਇਹ ਮੈਂ ਵੈਸੇ ਦਿਖਾ ਤਾ, ਇਹ ਦੇਖ ਲਓ ਤੁਸੀਂ ਪੂਰਾ ਭਰਿਆ, ਤੁਹਾਨੂੰ ਕਿਹਾ ਸੀ ਤਾਂ ਪੂਰਾ ਭਰਿਆ ਹੀ ਤੁਹਾਨੂੰ ਨਜ਼ਰ ਆਊਗਾ। ਇਹ ਇਸ ਕਰਕੇ ਦਿਖਾਇਆ ਵੀ ਫੁੱਲ ਸੇਵਾ ਨਾਲ ਦੁੱਧ ਚੋਇਆ ਜਾਂਦਾ, ਜਿਹਨੇ ਖਰੀਦਣੇ ਆ ਉਹ ਇਹ ਜ਼ਰੂਰ ਧਿਆਨ 'ਚ ਰੱਖ ਲਏ, ਇੱਥੇ ਤਸੱਲੀ ਕਰ ਲਓਗੇ। ਸਾਂਭ ਸੰਭਾਲ ਹਰੇਕ ਦੀ ਆਪੋ ਆਪਣੀ, ਕੋਈ ਮਾੜੀ ਨਹੀਂ ਕਰਦਾ ਜਿਹਨੇ ਪੈਸੇ ਲਾਉਣੇ ਆ, ਪਰ ਫਿਰ ਵੀ ਜੋ ਦੁੱਧ ਇੱਥੇ ਦੱਸਾਂਗੇ ਉਹਨਾਂ ਚੋਣ ਵਾਸਤੇ ਤੁਹਾਨੂੰ ਖੇਚਲ ਵੀ ਓਨੀ ਕਰਨੀ ਪੈਣੀ ਹੈ। ਆਓ ਮੈਂ ਡਿਟੇਲ ਦੱਸਦਾ ਜਾਵਾਂ। ਦੱਸੋ ਪਹਿਲੇ ਨੰਬਰ 'ਤੇ ਜਿਹੜੀ ਝੋਟੀ ਹੈ, ਪਹਿਲਾ ਸੂਆ ਸੂਈ ਹੈ, ਹਾਜ਼ਰ ਦੁੱਧ ਇਸ ਟਾਈਮ 8 ਲੀਟਰ ਹੈ ਇਹਦੇ ਥੱਲੇ ਦੋਨਾਂ ਟਾਈਮਾਂ ਦਾ। ਅਤੇ ਇਹ ਝੋਟੀ ਜਿਹੜੀ ਦੱਸੋ 2 ਮਹੀਨਿਆਂ ਤੋਂ ਉੱਤੇ ਚੈੱਕ ਪਾਸ ਹੈ, ਪਰ ਨਾਲ ਇੱਕ ਗੱਲ ਹੋਰ ਐਡ ਕਰਦੇ ਹਾਂ ਵੀ ਹਜੇ ਕਨਫਰਮ ਹੋਰ ਕਰਾਉਣ ਦੀ ਲੋੜ ਹੈਗੀ ਹੈ। ਖੋਲ੍ਹੀ ਬਾਈ ਨੂੰ ਲਓ ਜੀ। ਸੋ ਜਿਹੜਾ ਵੀਰ ਖਰੀਦਣੀ ਚਾਹੁੰਦਾ ਚੈੱਕ ਪਾਸ ਇੱਕ ਵਾਰ ਫਿਰ ਤੁਹਾਨੂੰ ਕਰਵਾਉਣੀ ਪਊਗੀ, ਕਿਉਂਕਿ ਕਈ ਵਾਰਾਂ ਡਾਕਟਰ ਵੀਰ ਜਿਹੜੇ ਉਹ ਪੂਰੇ ਸ਼ੋਰ ਨਹੀਂ ਹੁੰਦੇ ਵੀ ਇਹ ਕਨਫਰਮ ਚੈੱਕ ਪਾਸ ਹੋ ਗਈ ਹੈ। ਸੋ ਇਹਦੇ ਲਈ ਜ਼ਰੂਰੀ ਹੈ ਵੀ ਇਹਨੂੰ ਦੁਬਾਰਾ ਚੈੱਕ ਪਾਸ ਕਰਾਇਆ ਜਾਵੇ। ਚੰਗੇ ਕੱਦ ਕਾਠ ਦੀ ਝੋਟੀ ਸੂਆ ਪਹਿਲਾਂ ਸੂਈ ਹੈ, 8 ਲੀਟਰ ਦੁੱਧ ਇਸ ਟਾਈਮ ਹੈਗਾ ਦੋਵਾਂ ਟਾਈਮਾਂ ਦਾ। ਇਹਦੇ ਨਾਲ ਬੱਚਾ ਜਿਹੜਾ ਉਹ ਕੱਟਾ ਮੇਲ ਕਾਫ ਹੈ, ਸੋ ਬਿਲਕੁਲ ਕੁੰਡੇ ਸਿੰਘਾਂ ਦੀ ਹੈ, ਵੱਡੇ ਕੱਦ ਕਾਠ ਦੀ ਇਹ ਝੋਟੀ। ਦੱਸੋ ਪਹਿਲਾ ਸੂਆ ਬਾਈ ਹੋਰਾਂ ਕੋਲ ਸੂਈ ਵੀ, ਦੁੱਧ ਇਸ ਟਾਈਮ 8 ਲੀਟਰ ਇਹਦੇ ਥੱਲੇ ਹੈਗਾ ਜਿਹੜਾ ਤੁਸੀਂ ਚੋ ਕੇ ਲੈ ਸਕਦੇ ਹੋ। ਰੇਟ ਫੋਨ ਦੇ ਉੱਤੇ ਹੀ ਹੈ ਬਾਈ ਹੋਰੀ, ਤੁਸੀਂ ਇਹਨਾਂ ਨੂੰ ਕਾਲ ਕਰਿਓ ਅਤੇ ਤੁਹਾਨੂੰ ਰੇਟ ਇਹ ਕਨਫਰਮ ਕਰ ਦੇਣਗੇ ਕਿਹੜੇ ਪਸ਼ੂ ਦੀ ਕਿੰਨੀ ਡਿਮਾਂਡ ਬਾਈ ਹੋਰੀ ਰੱਖਣਗੇ। ਸੋ ਉਹਦੇ ਲਈ ਜ਼ਰੂਰੀ ਹੈ ਵੀ ਤੁਸੀਂ ਆ ਕੇ ਇੱਥੇ ਇਹਨਾਂ ਪਸ਼ੂਆਂ ਨੂੰ ਦੇਖੋ। ਇਹਦੂ ਬਾਅਦ 'ਚ ਜਿਹੜੀ ਝੋਟੀ ਦੱਸੋ, ਇਹ ਕਨਫਰਮ ਚੈੱਕ ਪਾਸ ਹੈ, 2.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਅਤੇ 11 ਲੀਟਰ ਦੁੱਧ ਇਸ ਟਾਈਮ ਹਾਜ਼ਰਾ ਲਿਆ ਬਾਈ। ਇਹ ਵੀ ਪਹਿਲਾ ਸੂਆ ਸੂਈ ਹੈ ਅਤੇ ਮੇਰੇ ਖਿਆਲ 'ਚ 4 ਦੰਦ ਹੀ ਹੈ ਹਜੇ। ਸੋ 2.5 ਮਹੀਨਿਆਂ ਦੀ ਇਹ ਕਨਫਰਮ ਹੈ, ਚੈੱਕ ਪਾਸ ਹੋ ਗਈ ਹੈ ਅਤੇ 11 ਲੀਟਰ ਦੁੱਧ ਹੁਣ ਦੇ ਰਹੀ ਹੈ 2.5 ਮਹੀਨਿਆਂ ਦੀ ਚੈੱਕ ਪਾਸ। ਦੁੱਧ ਇਸ ਝੋਟੀ ਥੱਲੇ ਵੀ ਜ਼ਿਆਦਾ ਸੀਗਾ, ਪਰ ਇਹ ਥੋੜ੍ਹਾ ਇਹਨੂੰ ਟਾਈਮ ਹੋਇਆ ਸੂਈ ਨੂੰ ਜਿਹੜੀ ਪਹਿਲੇ ਨੰਬਰ 'ਤੇ ਤੋਰੀ ਹੈ। ਅਤੇ ਇਸ ਝੋਟੀ ਥੱਲੇ ਇਸ ਟਾਈਮ ਹਾਜ਼ਰ ਦੁੱਧ ਜਿਹੜਾ ਉਹ 11 ਲੀਟਰ ਹੈ ਜੋ ਬਾਈ ਹੋਰਾਂ ਨੇ ਮੈਨੂੰ ਦੱਸਿਆ। ਥਨ ਦਾ ਸਾਈਜ਼ ਬਹੁਤ ਸੋਹਣਾ, ਦੱਸੋ ਵੱਡੇ ਢਾਂਚੇ ਦੀ ਝੋਟੀ, ਫਿਕਸ ਜੇ ਹਵਾਨੇ ਦੀ ਹੈ। ਅਤੇ ਇਹ ਪਸ਼ੂ ਇੱਥੇ ਵੱਧਦੇ ਹੀ ਰਹਿੰਦੇ ਆ, ਤੋਰਾਂ ਤੁਹਾਨੂੰ ਐਂ ਨਾ ਲੱਗਣ ਵੀ ਪਸ਼ੂ ਜਿਹੜੇ ਉਹ ਤੁਰਦੇ ਸਲੋ ਹੈ, ਸੋ ਇਹ ਜ਼ਿਆਦਾਤਰ ਵੱਧਦੇ ਰਹਿੰਦੇ ਪਸ਼ੂ ਇੱਕੋ ਥਾਂ 'ਤੇ। ਸੋ ਬਿਲਕੁਲ ਕੁੰਡੇ ਸਿੰਘਾਂ ਦੀ ਝੋਟੀ ਦੱਸੋ, ਪਹਿਲਾ ਸੂਆ ਸੂਈ ਵੀ ਹੈ,
ਹਾਜ਼ਰ ਦੁੱਧ ਇਸ ਟਾਈਮ 11 ਲੀਟਰ ਹੈ ਅਤੇ ਇਹ 2.5 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਹੈ, ਬਿਲਕੁਲ ਕਨਫਰਮ ਹੈ ਇਹ। ਤੁਸੀਂ ਕਰਵਾ ਸਕਦੇ ਹੋ ਚੈੱਕ ਪਾਸ ਇੱਥੋਂ ਹੀ, ਕਿਉਂਕਿ ਤੋਕੜ ਪਸ਼ੂ ਖਰੀਦਣਾ। ਵੱਡੇ ਕੱਦ ਦੀ ਦੱਸੋ, ਇਹ 4 ਦੰਦ ਝੋਟੀ ਹੈ, ਦੰਦਾਂ ਦੇ ਵਿੱਚ ਹਜੇ ਇਹਨੇ ਹੋਰ ਵਧਣਾ ਫੁੱਲਣਾ, ਅਤੇ ਬਹੁਤ ਚੰਗੀ ਆਸ ਇਹ ਤੋਂ ਬਾਈ ਨੂੰ ਹੈ ਵੀ ਇਹ ਦੁੱਧ ਬਹੁਤ ਸੋਹਣਾ ਦੇਊਗੀ। ਸੋ ਇਹ ਝੋਟੀ ਨੂੰ ਤੁਸੀਂ ਦੇਖ ਸਕਦੇ ਹੋ, ਦੱਸੋ ਜਿਹਨੂੰ ਚੰਗੀ ਲੱਗੇ ਉਹ ਵੀਰ ਖਰੀਦ ਸਕਦਾ, ਆ ਕੇ ਦੇਖ ਸਕਦੇ ਹੋ ਤੁਸੀਂ। ਸੋ ਦੱਸੋ, ਤੀਜੇ ਨੰਬਰ 'ਤੇ ਜਿਹੜੀ ਮੱਝ ਤੁਹਾਨੂੰ ਦਿਖਾ ਰਹੇ ਹਾਂ, 9ਵਾਂ ਦਿਨ ਹੈ ਅਤੇ ਲੀਟਰਾਂ ਵਾਲਾ 14 ਲੀਟਰ ਬਾਈ ਕਹਿੰਦਾ ਦੁੱਧ ਹਾਜ਼ਰ ਹੈ, ਬੱਚਾ ਮੇਲ ਕਾਫ ਹੈ ਇਹਦੇ ਨਾਲ। ਮਾਮੂਲੀ ਬਹਿਣੀ ਵਾਲੇ ਪਾਸੇ ਥਣਾਂ ਦੇ ਵਿੱਚੋਂ ਥੋੜ੍ਹੀ ਭੂਰ ਪੈਂਦੀ ਹੈ, ਚਵਾਈ ਸਹੀ ਹੋ ਜਾਂਦੀ ਹੈ, ਲੈ ਚੱਲ ਬਾਈ। ਪਰ ਜੋ ਚੀਜ਼ ਹੈ ਬਾਈ ਕਹਿੰਦਾ ਸੀ ਵੀ ਆਪਾਂ ਪਹਿਲਾਂ ਦੱਸਣਾ ਹੈ ਤਾਂ ਕਿ ਜਿਹੜਾ ਵੀਰ ਇੱਥੇ ਆਵੇ ਤਾਂ ਉਹਨੂੰ ਕਿਸੇ ਕਿਸਮ ਦਾ ਬਾਅਦ 'ਚ ਕੋਈ ਸ਼ੱਕ ਨਾ ਰਹੇ। ਸੋ ਇਹਦੇ ਥੱਲੇ 14 ਲੀਟਰ ਦੁੱਧ ਹਾਜ਼ਰ ਹੈ। ਸੋ ਅਲਵਰ ਤੋਂ ਦੱਸੋ ਆਈ ਵੀ ਹੈ, ਬਾਈ ਦੱਸਦਾ ਵੀ ਇਹ ਇੰਨਾ ਕੁ ਸਫ਼ਰ ਤੋਂ ਆਈ ਵੀ ਆ ਕੇ ਇਹ ਬਹੁਤ ਥੱਕੀ ਹੋਈ, ਇੱਕ ਦੋ ਦਿਨ ਬੈਠੀ ਨਹੀਂ, ਥੋੜ੍ਹਾ ਜਿਵੇਂ ਇੱਕ ਪੈਰ ਤੋਂ ਲੰਘ ਮਾਰਦੀ ਹੁੰਦੀ ਇੱਦਾਂ। ਬਾਕੀ ਕਈ ਵਾਰ ਤੁਰਿਆ ਇੱਕਦਮ ਤੋਰਦਿਆਂ ਪਸ਼ੂ ਅਕੜਾ ਮੰਨਿਆ ਹੁੰਦਾ ਖੜੀ ਦਾ, ਸੋ ਉਹ ਚੀਜ਼ ਤੁਸੀਂ ਕਨਫਰਮ ਕਰ ਲਓ। ਦੁੱਧ 9ਵੇਂ ਦਿਨ 14 ਲੀਟਰ, ਬੱਚਾ ਇਹਦੇ ਨਾਲ ਮੇਲ ਕਾਫ ਪਰਲੇ ਪਾਸੇ ਖੜ੍ਹਾ। ਸੋ ਇਹ ਮੱਝ ਤਾਜ਼ੀ ਸੂਈ ਵੀ ਹੈ। ਸੋ ਦੱਸੋ ਇਹ ਜਿਹੜੀ 2 ਨੰਬਰ 'ਤੇ, ਸੋਰੀ ਇਸ ਤੋਂ ਬਾਅਦ 4 ਨੰਬਰ 'ਤੇ ਮੱਝ ਤੋਰ ਰਹੇ ਹਾਂ, ਲਗਭਗ 2 ਮਹੀਨਿਆਂ ਦੀ ਸੂਈ ਹੈ, 16 ਲੀਟਰ ਦੁੱਧ ਮਿਣਤੀ ਵਾਲਾ ਹਾਜ਼ਰ ਹੈ, ਸੂਆ ਦੂਜਾ, ਬੱਚਾ ਇਹਦੇ ਨਾਲ ਕੱਟੀ। ਅਤੇ ਇਹ ਮੱਝ ਦੀ ਚਵਾਈ ਬਾਈ ਕਹਿੰਦਾ ਵੀ ਇੱਦਾਂ ਦੀ ਹੈ, ਇੰਨੀ ਕੁ ਪੋਲੀ ਨਰਮ ਚਵਾਈ ਦੀ ਇਹ ਵੀ ਭਾਵੇਂ ਬੱਚਾ ਬਹਿ ਕੇ ਚੋਲੇ। ਸੋ ਹਵਾਨਾ ਤੁਸੀਂ ਦੇਖ ਲਓ, ਦੂਜਾ ਸੂਆ ਇਸ ਟਾਈਮ ਹਾਜ਼ਰ ਦੁੱਧ ਜਿਹੜਾ ਉਹ 16 ਲੀਟਰ ਇਹਦੇ ਥੱਲੇ ਹੈਗਾ, ਢਾਂਚੇ ਚੰਗੇ ਦੀ ਹੈ। ਦੱਸੋ ਦੁੱਧ ਲਗਭਗ 2 ਮਹੀਨਿਆਂ ਦੀ ਸੂਈ, ਬਾਈ ਦੱਸਦੇ ਸੀ ਵੀ ਡਾਕਟਰ ਨਸੀਬ ਹਰਿਆਣੇ ਦੇ ਵਿੱਚ ਹੈ ਜਿਹਨਾਂ ਕੋਲੋਂ ਇਹ ਝੋਟੀ ਇਹ ਮੱਝ ਆਈ ਹੈ, ਇਹਦੇ ਨਾਲ ਕੱਟੀ ਹੈ ਦੱਸੋ, ਅਤੇ ਕੱਟੀ ਇਹ ਖੜੀ ਹੈ। ਸੋ ਲਗਭਗ 2-2.5 ਮਹੀਨਿਆਂ ਦੀ ਸੂਈ ਹੋ ਗਈ। ਸੋ 16 ਲੀਟਰ ਦੁੱਧ ਸੀ, ਅਤੇ ਬਾਈ ਦੱਸਦਾ ਵੀ ਡਾਕਟਰ ਨਸੀਬ ਇਹਦਾ 20 ਲੀਟਰ ਦੁੱਧ ਤੋਲ ਕੇ ਲਿਆਏ ਸੀ, ਅਤੇ ਇਹ ਇਸ ਟਾਈਮ ਦੁੱਧ ਇਹਦੇ ਥੱਲੇ 16 ਲੀਟਰ ਜਿਹੜਾ ਉਹ ਹਾਜ਼ਰ ਹੈ, 2 ਤੋਂ 2.25 ਮਹੀਨੇ ਹੋ ਗਏ ਸੂਈ ਨੂੰ। ਸੋ ਢਾਂਚਾ ਦੇਖ ਸਕਦੇ ਹੋ ਦੱਸੋ, ਬਹੁਤ ਸੋਹਣੇ ਸਟਰਕਚਰ ਦੀ ਇਹ ਮੱਝ ਹੈ, ਅਤੇ ਪੋਲੀ ਬਿਲਕੁਲ ਚਵਾਈ ਦੀ, ਜਿਵੇਂ ਮੈਂ ਪਹਿਲਾਂ ਦੱਸਿਆ ਬਾਈ ਦੱਸਦੇ ਵੀ ਭਾਵੇਂ 10 ਸਾਲਾਂ ਦਾ ਬੱਚਾ ਬਹਾ ਦਿਓ ਜੇ ਇੱਦਾਂ ਦੀ ਚਵਾਈ ਇਸ ਮੱਝ ਦੀ ਹੈ, ਬਾਕੀ ਤੁਸੀਂ ਚੋ ਕੇ ਦੇਖ ਲਓਗੇ ਸੂਈ ਸਵਾਈ ਮੱਝ ਹੈ। ਸੋ ਇਹ ਦੱਸੋ ਦੂਜਾ ਸੂਆ, ਇਹ ਤੋਂ ਬਿਨਾਂ ਇੱਕ ਮੱਝ ਇੱਦੂ ਅੱਗੇ, ਇਹ ਵੀ ਡਾਕਟਰ ਨਸੀਬ ਕੋਲੋਂ ਆਈ ਹੈ, ਅਤੇ ਬਾਈ ਹੋਰੀ ਦੱਸਦੇ ਆ ਵੀ ਇਹਦਾ ਵੀ ਦੁੱਧ ਬਹੁਤ ਚੰਗਾ ਦਿੱਤਾ, ਇਸ ਟਾਈਮ ਇਹਦੇ ਥੱਲੇ 20 ਲੀਟਰ ਬਾਈ ਹੋਰੀ ਕਹਿੰਦੇ ਵੀ ਦੁੱਧ ਹੈਗਾ, ਪਰ ਇਹਦਾ ਬੱਚਾ ਜਿਹੜਾ ਉਹ ਚੜ੍ਹਾਈ ਕਰ ਗਿਆ ਇਹਨਾਂ ਕੋਲ ਆਉਂਦਾ ਆਉਂਦਾ ਹੀ। ਉੱਤੋਂ ਸਿੰਗਲ ਹੱਡੀ ਦੀ ਮੱਝ ਹੈ, ਵੱਡੇ ਢਾਂਚੇ ਦੀ ਹੈ, ਥਣਾਂ 'ਚ ਬਿੱਥੀ ਬਹੁਤ ਸੋਹਣੀ ਹੈ। ਦੁੱਧ ਤੁਸੀਂ 2 ਟਾਈਮ ਚੋਲਿਓ, 3 ਟਾਈਮ ਚੋਲਿਓ, ਇੱਥੇ ਤੁਹਾਨੂੰ ਜਿਹੜਾ ਤਿਆਰ ਉਹ ਮਿਲ ਜੂਗਾ। ਸੋ ਦੁੱਧ ਇਸ ਟਾਈਮ ਹਾਜ਼ਰ, ਬਾਈ ਕਹਿੰਦਾ ਵੀ 20 ਲੀਟਰ ਇਹਦੇ ਥੱਲੇ ਹੈਗਾ ਜਿਹੜਾ ਮਿਹਨਤੀ ਕਰਕੇ ਤੁਸੀਂ ਲੈ ਸਕਦੇ ਹੋ। ਬੱਚਾ ਇਹਦਾ ਜਿਹੜਾ ਉਹਦੀ ਡੈਥ ਹੋ ਗਈ, ਉਹ ਐਕਸਪਾਇਰ ਹੋ ਗਿਆ ਬੱਚਾ, ਸੋ ਉਹ ਇਹਨਾਂ ਕੋਲ ਪਹੁੰਚਿਆ ਹੀ, ਨਰਮ ਸੀ ਥੋੜ੍ਹਾ ਜਿਹਾ, ਸੀਲ ਫੁੱਲ ਆ, ਕੋਈ ਡੰਗ ਨਹੀਂ ਭੰਨਿਆ, ਪਰ ਬੱਚੇ ਨੂੰ ਹਜੇ ਰੰਭਦੀ ਹੈ, ਹਜੇ ਰਿੰਗਦੀ ਹੈ ਬੱਚੇ ਦਾ, ਅਤੇ ਹਜੇ ਕਰਦੀ ਹੈ ਇਹ ਮੱਝ, ਕਿਉਂਕਿ ਬੱਚਾ ਹੁਣ ਹੀ ਇਹਦਾ ਮਰਿਆ, ਤਾਂ ਉਹਦੇ ਕਰਕੇ ਬੱਚੇ ਦਾ ਤੇ ਇਹ ਕਰਦੀ ਹੈ। ਜੈੱਡ ਬਲੈਕ ਆ ਦੱਸੋ, ਵੱਡੇ ਢਾਂਚੇ ਦੀ ਚੰਗੇ ਦੁੱਧ ਵਾਲੀ ਇਹ ਮੱਝ ਜਿਹੜੀ ਤੁਸੀਂ ਦੇਖ ਸਕਦੇ ਹੋ। ਥਣ ਦਾ ਸਾਈਜ ਸੋਹਣਾ ਦੱਸੋ, ਸਟਰਕਚਰ ਬਹੁਤ ਚੰਗਾ, ਸਿੰਗ ਤੁਸੀਂ ਦੇਖ ਸਕਦੇ ਹੋ ਲਗਭਗ ਕੁੰਡੇ ਹੀ ਹੈ ਇਹਦੇ, ਅਗਾੜੀ ਪਛਾੜੀ ਇਹਦੀ ਬਹੁਤ ਚੰਗੀ ਦਿਸਦੀ ਹੈ। ਸੋ ਇਹਨੇ ਬਹੁਤ ਸੋਹਣਾ ਦੁੱਧ ਮੱਝ ਨੇ ਦਿੱਤਾ, ਵੀਰ ਦੱਸਦਾ ਸੀ ਵੀ ਮੇਰੇ ਖਿਆਲ 'ਚ 22 ਲੀਟਰ ਦੁੱਧ ਇਹ ਤੁਲ ਕੇ ਜਿਹੜਾ ਉਹ ਚੋਣ ਤੋਂ ਬਾਅਦ 'ਚ ਆਈ ਸੀ, ਪਰ ਇਸ ਟਾਈਮ ਦੁੱਧ 20 ਲੀਟਰ ਇਹਦੇ ਥੱਲੇ ਹੋਊਗਾ ਜਿਹੜਾ ਤੁਸੀਂ ਮਿਣ ਕੇ ਲੈ ਸਕਦੇ ਹੋ ਇੱਥੋਂ। ਇੱਕ ਜਰਸੀ ਹੈ ਦੱਸੋ, ਪਹਿਲਾਂ ਸੂਆ ਸੂਈ ਹੈ, 38 ਦਿਨਾਂ ਦੀ ਅੱਜ ਸੂਈ ਹੋ ਗਈ ਹੈ ਇਹ, ਅਤੇ ਇਹਦੇ ਥੱਲੇ ਦੁੱਧ ਇਸ ਟਾਈਮ 19 ਲੀਟਰ ਹੈ, 38 ਦਿਨਾਂ ਦੀ ਸੂਈ ਥੱਲੇ, ਸੂਆ ਪਹਿਲਾਂ ਹੈ। ਤੋਰਦੇ ਬਾਈ ਉੱਧਰ ਨੂੰ ਲਿਜਾਈ ਗਾਵਾਂ ਵਾਲੇ ਪਾਸੇ ਨੂੰ। ਸੋ ਢਾਂਚਾ ਇਹਦਾ ਤੁਹਾਨੂੰ ਬਹੁਤ ਪਸੰਦ ਆਊਗਾ, ਅਤੇ ਖੁਰਾਕ ਬਾਰੇ ਸ਼ੁਰੂ 'ਚ ਬਾਈ ਨੇ ਕਹਿ ਹੀ ਦਿੱਤਾ ਸੀ ਵੀ ਦਿਖਾ ਦਿਓ ਜੇ ਕੋਈ ਵੀਰ ਖਰੀਦਦਾ,
ਉਹ ਇਹ ਧਿਆਨ 'ਚ ਰੱਖ ਲਏ ਵੀ ਇੱਥੇ ਇੰਨੀ ਸੇਵਾ ਅਤੇ ਇਹ ਦੁੱਧ ਦਿੰਦੀਆਂ, ਤੁਸੀਂ ਇੰਨੀ ਸੇਵਾ ਕਰੋਗੇ ਇੰਨਾ ਦੁੱਧ ਚੋਲੋਂਗੇ, ਇੱਥੋਂ ਤਸੱਲੀ ਕਰ ਲਿਓ ਤਾਂ ਕਿ ਤੁਹਾਡੇ ਕੋਲ ਜਾ ਕੇ ਪਸ਼ੂ ਦੁੱਧ ਘਟੇ ਤਾਂ ਤੁਹਾਨੂੰ ਇਹ ਨਾ ਵਹਿਮ ਹੋਵੇ ਵੀ ਬਾਈ ਕੋਲ ਦੁੱਧ ਘੱਟ ਹੋਊਗਾ, ਸੋ ਉਹ ਚੀਜ਼ ਦੀ ਤੁਸੀਂ ਤਸੱਲੀ ਕਰ ਸਕਦੇ ਹੋ। ਘੁਮਾਲਾ ਬਾਈ ਵਾਪਸ ਇੱਕ ਦੇਗਾ ਤੁਹਾਨੂੰ ਵੱਡਾ ਭਰਿਆ ਮੈਂ ਰਿੰਨਿਆ ਹੋਇਆ ਦਿਖਾਤਾ ਅਤੇ ਇੱਕ ਬਾਲਟੀ ਹੋਰ ਦਾਣੇ ਦੀ ਭਰੀ ਪਈ ਹੈ ਇੱਥੇ ਨਾਲ ਹੀ। ਸੋ ਇਹ ਪਹਿਲਣ ਵੱਛੀ ਦੱਸੋ ਇਸ ਟਾਈਮ ਦੁੱਧ ਹਾਜ਼ਰ ਹੈ 19 ਲੀਟਰ, ਸੂਈ ਨੂੰ 38 ਦਿਨ ਹੋ ਗਏ, ਬੱਚਾ ਇਹਦੇ ਨਾਲ ਵੀ ਵੱਛੀ ਸੀ ਪਰ ਉਹ ਇਸ ਟਾਈਮ ਨਹੀਂ ਹੈਗੀ, ਐਕਸਪਾਇਰ ਹੋਈ ਵੀ ਹੈ ਵੱਛੀ ਇਹਦੀ। ਸੋ ਬਾਈ ਕਹਿੰਦਾ ਵੀ ਪਰੂਫ ਦੇ ਦਿਆਂਗੇ ਬੱਚਿਆਂ ਦਾ, ਜੇ ਮੱਝ ਦਾ ਬੱਚਾ ਦੇਖਣਾ ਤਾਂ ਉਹ ਵੀ ਫੋਟੋ ਵੀਡੀਓ ਮਿਲ ਜੂ। ਇਹ ਵੱਛੀ ਦੀ ਜਿੱਦਣ ਸੂਈ ਆ ਉੱਦਣ ਦੀ ਵੀਡੀਓ ਵੀ ਬਾਈ ਦੇ ਕੋਲ ਹੈਗੀ ਹੈ ਜਿਹੜੀ ਤੁਸੀਂ ਦੇਖ ਲਓਗੇ, ਵੀਡੀਓ ਆ ਕੇ ਦੇਖ ਸਕਦੇ ਹੋ, ਬਹੁਤ ਸੋਹਣੀ ਜਰਸੀ ਆ। ਦੱਸੋ ਇਹ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ, ਇਹਦਾ ਮਾਮੂਲੀ ਇੱਕ ਗੋਡੇ ਦੇ ਉੱਤੇ ਅਗਲੇ ਗੋਡੇ ਦੇ ਉੱਤੇ ਥੋੜ੍ਹੀ ਜਿਹੀ ਸਵੈਲਿੰਗ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ, ਇਹ ਚੀਜ਼ ਤੁਸੀਂ ਆ ਕੇ ਵੀ ਦੇਖ ਲੈਣੀ ਹੈ। ਸੋ ਇਹ ਪਹਿਲਣ ਵੱਛੀ ਆ। ਦੱਸੋ ਇਹ ਤੋਂ ਅੱਗੇ ਜਿਹੜੀ ਗਾਂ ਇਹ ਵੀ ਸੂਈ ਸਵਾਈ ਹੈ, ਇਹਦੇ ਨਾਲ ਬੱਚਾ ਵੱਛੀ ਹੈ ਦੱਸੋ 20 ਦਿਨਾਂ ਦੀ ਸੂਈ ਹੈ ਅਤੇ ਬਾਈ ਕਹਿੰਦਾ ਵੀ 30 ਲੀਟਰ ਇਸ ਟਾਈਮ ਦੁੱਧ ਹਾਜ਼ਰ ਹੈ। ਤੋਰ ਦੇ ਬਾਈ, ਬਲੈਕ ਰੰਗ ਦੀ ਵੱਛੀ ਹੈ ਇਹਦੇ ਨਾਲ, ਉਹ ਚੀਜ਼ ਤੁਸੀਂ ਆ ਕੇ ਦੇਖ ਲਓਗੇ ਜਿਹੜੇ ਵੀਰ ਨੇ ਖਰੀਦਣੀ ਹੈ। ਜਰਸੀ ਫੇਰ ਦਿਖਾਵਾਂ ਤੁਸੀਂ ਜਿੰਨਾ ਚਿਰ ਬਾਈ ਉਹ ਗਾਂ ਨੂੰ ਖੋਲਦਾ, ਤੋ ਸੋਹਣੇ ਢਾਂਚੇ ਦੀ ਹੈ ਜਰਸੀ। ਦੱਸੋ ਹੱਥੀ ਚੋਲੋ ਭਾਵੇਂ ਮਿਲਕਿੰਗ ਮਸ਼ੀਨ ਲਾ ਲਓ, ਕੋਈ ਟੈਨਸ਼ਨ ਨਹੀਂ, ਜਿਵੇਂ ਮਰਜ਼ੀ ਚੋਲੋ ਆਰਾਮ ਨਾਲ ਮਿਲਕਿੰਗ ਹੋ ਜਾਂਦੀ ਹੈ। ਅਤੇ ਮੈਨੂੰ ਇਹ ਵੀ ਲੱਗਦਾ ਵੀ ਜਿਵੇਂ ਇਹ ਹੀਟ 'ਚ ਆਈ ਹੁੰਦੀ ਹੈ ਤਾਰਾਂ ਜਿਹੜੀਆਂ ਉਹ ਵੱਛੀ ਇਹ ਕਰ ਰਹੀ ਹੈ ਜਰਸੀ, ਕਿਉਂਕਿ 38 ਦਿਨਾਂ ਦੀ ਸੂਈ ਹੋ ਗਈ ਹੈ ਅਤੇ ਨੈਚੁਰਲੀ ਇਹ ਹੀਟ 'ਚ ਪਸ਼ੂ ਆ ਜਾਂਦਾ। ਸੋ ਇਹ ਗਾਂ ਜਿਹਦੇ ਥੱਲੇ 30 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ, 2 ਟਾਈਮ ਚੋਲਿਓ 3 ਟਾਈਮ ਚੋਲਿਓ ਇੱਥੇ ਬਾਈ ਹੋਰਾਂ ਦੇ ਕੋਲ ਆ ਕੇ ਚੋ ਸਕਦੇ ਹੋ। ਇਹਦੇ ਨਾਲ ਬੱਚਾ ਵੱਛੀ ਹੈਗੀ ਹੈ ਇਸ ਟਾਈਮ, ਬਲੈਕ ਰੰਗ ਦੇ ਵਿੱਚ ਵੱਛੀ ਹੈ ਇਹਦੀ, ਇਹ ਗਾਂ ਫੋਰ ਸੇਲ ਹੈ। ਇਹ ਤੋਂ ਬਿਨਾਂ ਇੱਕ ਹੋਰ ਕਨਫਰਮ ਚੈੱਕ ਪਾਸ ਝੋਟੀ ਬਾਈ ਹੋਰਾਂ ਕੋਲ, ਦੂਜੇ ਸੂਆ ਸੂਈ ਵੀ ਹੈ, ਤੀਜੇ ਵਾਸਤੇ ਗੱਭਣ ਹੈ, ਇਹ ਵੀ 2.5 ਮਹੀਨਿਆਂ ਦੀ ਚੈੱਕ ਪਾਸ ਹੈ ਅਤੇ ਦੁੱਧ ਬਾਈ ਕਹਿੰਦਾ ਵੀ 8 ਲੀਟਰ ਇਹਦੇ ਥੱਲੇ ਵੀ ਇਸ ਟਾਈਮ ਹਾਜ਼ਰ ਹੈ, ਤੀਜੇ ਸੂਏ ਵਾਸਤੇ ਗੱਭਣ ਹੈ। ਤਾਜ਼ੀ ਨੇ ਦੁੱਧ ਇਹਨੇ ਬਹੁਤ ਚੰਗਾ ਦਿੱਤਾ, ਬਾਕੀ ਇਸ ਟਾਈਮ ਦੁੱਧ ਜਿਹੜਾ ਉਹ ਇਹਦੇ ਥੱਲੇ 8 ਲੀਟਰ ਅਤੇ 2.5 ਮਹੀਨਿਆਂ ਦੀ ਚੈੱਕ ਪਾਸ ਹੈ। ਸੋ ਸੀਲ ਫੁੱਲ ਹੈ, ਜਿੱਥੇ ਮਰਜ਼ੀ ਬਹਿ ਕੇ ਚੋਲੋ ਜੇ, ਚੰਗੇ ਢਾਂਚੇ ਦੀ ਹੈ, ਲਿਆ ਬਈ ਵਾਪਸ। ਸੋ ਇਹ ਮੱਝ ਦੱਸੋ ਤੀਜੇ ਸੂਏ ਵਾਸਤੇ ਗੱਭਣ ਹੈ, 2.5 ਮਹੀਨਿਆਂ ਦੀ ਚੈੱਕ ਪਾਸ ਹੈ, ਸਿੰਗ ਕੁੰਡੇ ਹੈ, ਢਾਂਚਾ ਸੋਹਣਾ ਦਿਸਦਾ। ਸੋ ਦੁੱਧ ਇਸ ਟਾਈਮ ਜਿਹੜਾ ਹਾਜ਼ਰ ਹੈ ਉਹ ਬਾਈ ਦੱਸਦਾ ਹੈ ਵੀ ਇਹਦੇ ਥੱਲੇ 8 ਲੀਟਰ ਹੈ। ਇੱਕ ਗਾਂ ਦੱਸੋ ਵੱਡੀ ਐਚ ਐਫ, ਇਹਦੇ ਨਾਲ ਬੱਚਾ ਵੱਛੀ ਹੈ, ਇਹਦੇ ਥੱਲੇ ਦੁੱਧ 16 ਲੀਟਰ ਹੈ, 20 ਦਿਨ ਹੋ ਗਏ ਏ ਆਈ ਹੋਈ ਨੂੰ ਬਾਈ ਕਹਿੰਦਾ, ਪਰ ਤੁਸੀਂ ਖਾਲੀ ਮੰਨ ਕੇ ਖਰੀਦ ਲਓ ਕਿਉਂਕਿ ਚੈੱਕ ਪਾਸ ਨਹੀਂ ਹੁੰਦੀ। ਬਹਿਣੀ ਵਾਲੇ ਪਾਸੇ ਦੇ ਥਣਾਂ 'ਚ ਥੋੜ੍ਹਾ ਦੁੱਧ ਦੂਜਿਆਂ ਦੇ ਮੁਕਾਬਲੇ ਘੱਟ ਹੈ, ਅਗਲਾ ਥਣ ਜਿਹੜਾ ਹੈਗਾ ਇਹਦਾ ਦੱਸੋ ਬਹਿਣੀ ਵਾਲੇ ਪਾਸੇ ਦਾ, ਇਹਦੇ ਨਾਲ ਛਾਖ ਹੈ ਨਾਲ ਹੀ ਜੁੜੀ ਹੋਈ ਹੈ, ਇਹ ਤੁਸੀਂ ਛਾਖ ਦੇਖ ਲਓ ਅਤੇ ਇਹਦੇ 'ਚੋਂ ਕੋਈ 5-7 ਧਾਰਾਂ ਜਾਂ ਕਹਿ ਲਓ ਜਿਹੜਾ ਉਹ ਪਾਣੀ ਦੁੱਧ ਦੇ ਜਿਹੜੇ ਤੁਪਕੇ ਆ ਉਹ ਆਉਂਦੇ ਆ, ਮਤਲਬ ਸੁਰਾਖ ਇਹ ਚੱਲਦਾ ਪਰ ਜ਼ਿਆਦਾ ਦੁੱਧ ਨਹੀਂ ਆਉਂਦਾ। ਇਹਦੇ ਬਹਿਣੀ ਵਾਲੇ ਪਾਸੇ ਦੇ ਦੋਨਾਂ ਥਣਾਂ 'ਚ ਥੋੜ੍ਹਾ ਦੁੱਧ ਪਰਲੇ ਦੇ ਮੁਕਾਬਲੇ ਘੱਟ ਹੈ, 16 ਲੀਟਰ ਦੁੱਧ ਹੈ, 20 ਦਿਨ ਹੋ ਗਏ ਏ ਆਈ ਹੋਈ ਨੂੰ। ਤੋਰ ਦੇ ਬਾਈ, ਬੱਚਾ ਵੱਛੀ ਹੈ ਉਹ ਨਾਲ ਮਿਲ ਜੂਗੀ ਤੁਹਾਨੂੰ, ਵੱਛੀ ਬਾਈ ਹੋਰੀ ਦੇ ਦੇਣਗੇ ਤੁਹਾਨੂੰ, ਵੱਛੀ ਮੈਂ ਦਿਖਾ ਦੂੰਗਾ ਉੱਧਰ ਨੂੰ ਲੈ ਜਾਣਾ। ਸੋ ਇਹ ਵੱਡੇ ਢਾਂਚੇ ਦੀ ਐਚ ਐਫ ਗਾਂ, 16 ਲੀਟਰ ਦੁੱਧ, ਬਹਿਣੀ ਵਾਲਾ ਪਾਸਾ ਥੋੜ੍ਹਾ ਜਿਹਾ ਕਿਉਂਕਿ ਦੁੱਧ ਘੱਟ ਆ ਉਹਦੇ ਕਰਕੇ ਮਾਮੂਲੀ ਫਰਕ 'ਚ ਵੀ ਦਿਸਦਾ। ਲਿਆ ਬਾਈ ਵਾਪਸ, ਇਹਦੇ ਨਾਲ ਬੱਚਾ ਵੱਛੀ ਹੈ। ਸੋ 20 ਦਿਨਾਂ ਦੀ ਏ ਆਈ ਹੋਈ ਵੀ ਆ, ਵੱਡੀ ਐਚ ਐਫ ਨਸਲ ਦੀ ਇਹ ਵੈੜ, ਇਹ ਗਾਂ ਫੋਰ ਸੇਲ ਹੈ। ਜਿਹੜੀ ਪਹਿਲੇ ਨੰਬਰ 'ਤੇ ਝੋਟੀ ਦਿਖਾਈ ਸੀ ਉਹਦਾ ਬੱਚਾ ਇਹ ਆ, ਦੱਸੋ ਕੱਟਾ ਮੈਂ ਦੱਸਿਆ ਸੀ ਵੀ ਥੋੜ੍ਹਾ, ਹੈਂਜੀ ਧਾਰ ਪੂਰੀ ਪੋਲੀ ਹੈ ਵੀਰ ਦੱਸ ਰਿਹਾ, ਅਤੇ ਉਹਦੇ ਨਾਲ ਇਹ ਬੱਚਾ ਦੱਸੋ ਮੇਲ ਕਾਫ ਕੱਟਾ ਹੈ। ਜਿਹੜੀ ਪਹਿਲੇ ਨੰਬਰ 'ਤੇ ਝੋਟੀ ਦਿਖਾਈ ਸੀ ਮੈਂ ਤੁਹਾਨੂੰ ਦੱਸਿਆ ਥੋੜ੍ਹਾ ਟਾਈਮ ਹੋ ਗਿਆ ਸੂਈ ਨੂੰ, ਦੁੱਧ ਚੰਗੇ ਵਾਲੀ ਝੋਟੀ ਹੈ ਪਰ ਹੁਣ ਵੀ ਦੁੱਧ ਜਿੰਨਾ ਹੈਗਾ ਉਹ ਤੁਹਾਨੂੰ ਦੱਸਿਆ ਤੁਸੀਂ ਚੋਲਿਓ ਜੇ। ਇਹ 3 ਨਾਗ 4 ਨਾਗ ਇਸ ਸਾਈਡ 'ਤੇ ਦੱਸੋ, ਜਿਹਦੇ 'ਚ 3 ਗਾਵਾਂ ਅਤੇ 1 ਤੋਕੜ ਗੱਭਣ ਮੱਝ, ਇਹ ਤੋਂ ਬਿਨਾਂ ਇੱਧਰ 1 ਮੱਝ ਖੜੀ ਹੈ, ਬਹੁਤ ਚੰਗਾ ਦੁੱਧ ਹੁਣ ਵੀ ਬਾਈ ਦੱਸਦਾ ਅਤੇ ਬਹੁਤ ਚੰਗਾ ਦੁੱਧ ਇਹ ਤੁਲ ਕੇ ਹਰਿਆਣੇ ਦੇ ਵਿੱਚੋਂ ਆਈ ਵੀ ਹੈ, ਵੱਡੇ ਢਾਂਚੇ ਦੀ ਹੈ, ਖੁੱਲ੍ਹੇ ਡੁੱਲੇ ਪਿੱਠ ਪੁੜੇ ਦੀ ਇਹ ਮੱਝ, ਇਹਨਾਂ ਤੋਂ ਬਿਨਾਂ
ਇੱਕ ਇਹ ਮੱਝ ਥੱਲੇ ਦੁੱਧ ਬਾਈ ਬਹੁਤ ਸੋਹਣਾ ਦੱਸ ਰਿਹਾ ਜਿਹੜਾ ਤੁਸੀਂ ਚੋ ਕੇ ਲੈ ਲੈਣਾ। ਇਹ ਵੀ ਖੁੱਲ੍ਹੇ ਡੁੱਲੇ ਸਟਰਕਚਰ ਦੀ ਹਰਿਆਣੇ 'ਚੋਂ ਆਈ ਹੋਈ ਹੈ। ਇਹ ਅਲਵਰ ਸਾਈਡ ਤੋਂ ਆਈ ਵੀ ਦੱਸੋ ਮੱਝ ਹੈ, ਇਹਦੇ ਥੱਲੇ ਵੀ ਦੁੱਧ ਜਿਹੜਾ ਉਹ ਸਟਾਰਟਿੰਗ ਸੋਹਣੀ ਹੋਈ ਹੈ। ਅਤੇ ਇਹ ਦੋ ਝੋਟੀਆਂ ਹੈ ਜਿਹੜੀਆਂ, ਪਹਿਲਾ ਸੂਆ ਸੂਈਆਂ ਅਤੇ ਦੋਨੇ ਹੀ ਤੋਕੜ ਗੱਬਣ ਮੰਨ ਲਓ ਤੁਸੀਂ ਪਰਲੀ, ਹਾਲਾਂਕਿ ਕਨਫਰਮ ਹੋਣੀ ਹੈ ਦੁਬਾਰਾ ਤੋਂ, ਪਰ ਇਹ ਝੋਟੀ ਕਨਫਰਮ ਚੈੱਕ ਪਾਸ ਬਹੁਤ ਸੋਹਣਾ ਦੁੱਧ ਕਰੂਗੀ, ਕਿਉਂਕਿ ਹੁਣ ਵੀ 11 ਲੀਟਰ ਦੁੱਧ ਵੀਰ ਦੱਸਦਾ ਵੀ ਇਹਦੇ ਥੱਲੇ ਹੈਗਾ। ਅਤੇ ਇਹ ਇੱਕ ਵੱਡੀ ਝੋਟੀ ਜਿਹੜੀ ਐੱਚ ਐੱਫ ਗਾਂ ਦੋਸਤੋ ਦਿਖਾਈ ਸੀ, ਉਹਦੇ ਨਾਲ ਇਹ ਬੱਚਾ ਵੱਛੀ ਹੈ, ਅਤੇ ਵੱਛੀ ਤੁਸੀਂ ਦੇਖ ਸਕਦੇ ਹੋ ਚੰਗੀ ਬਣੂਗੀ, ਗਾਂ ਦੇ ਨਾਲ ਬਾਈ ਹੋਰੀ ਦੇ ਦੇਣਗੇ। ਸੋ ਅੱਜ ਦੀ ਵੀਡੀਓ 'ਚ ਫਿਲਹਾਲ ਇਹ ਪਸ਼ੂ ਦੋਸਤੋ ਫੋਰ ਸੇਲ ਹੈ। ਧੰਨਵਾਦ ਵੀਡੀਓ ਦੇਖਣ ਵਾਸਤੇ।